ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਨਾਬ। ਕੀ ਸ਼ੁਭ ਨਾਮ ਆਪਣਾ ਜੀ? ਪਿਆਰਾ ਸਿੰਘ, ਚੂਰ ਸਿੰਘ ਦਾ ਮੁੰਡਾ। ਅੱਛਾ ਜੀ, ਦਾਦਾ ਜੀ ਨਾ ਪਤਾ? ਲਖਣ ਸਿੰਘ ਜੀ, ਮੇਰੇ ਘਰ ਲਖਣ ਸਿੰਘ ਜੀ। ਲਖਣ ਸਿੰਘ ਜੀ, ਠੀਕ ਹੈ। ਨਹੀਂ ਨਹੀਂ, ਸਿੰਘ ਆ ਨਾ। ਤੁਹਾਡੇ ਪਿਤਾ ਜੀ ਕਿੰਨੇ ਭਾਈ ਸਨ? ਕੱਲਾ ਹੀ, ਕੱਲਾ ਹੀ। ਠੀਕ ਹੈ ਜੀ। ਤੁਹਾਡਾ ਜਨਮ ਕਿੱਥੇ ਹੋਇਆ? ਜਦਾਲੇ ਪਿੰਡ ਜੀ ਹੋਇਆ। ਅੱਛਾ, ਇਹ ਦੱਸੋ ਜਦਾਲੇ ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜੇ ਸਨ? ਦੁਗੜੀ ਪਿੰਡ ਸੀ, ਪੰਜ ਰਾਈਆਂ। ਅੱਛਾ ਜੀ। ਅਰਸ਼ਾੜਾ। ਹੋਰ ਤਹਿਸੀਲ ਇਹਦੀ? ਕਸੂਰ, ਜ਼ਿਲ੍ਹਾ ਸਿਆਲਕੋਟ। ਠੀਕ ਹੋ ਗਿਆ। ਕਿੰਨੇ ਵਰ੍ਹਿਆਂ ਦੱਸੋ ਉਦੋਂ ਫਿਰ ਪਾਕਿਸਤਾਨ ਬਣਿਆ? ਹੌਲੇ ਸੋ। ਸਕੂਲ ਜਾਂਦੇ ਸੋ? ਨਾ, ਮੈਂ ਸਕੂਲ ਗਿਆ ਹੀ ਨਹੀਂ। ਮਾਪੇ ਪੜ੍ਹਨੇ ਪਾਣ ਗਏ ਹਨ, ਮੈਂ ਨਹੀਂ ਪੜ੍ਹਨਾ। ਖੜਿਆ ਹੀ ਨਹੀਂ। ਅੱਛਾ, ਤੁਹਾਡੀ ਪੈਲੀ ਕਿੰਨੀ ਕੁ ਸੀ ਪਿੰਡ 'ਚ? ਪੈਲੀ 'ਚ 80-90 ਕਿੱਲੇ ਆਏ ਸੀ। 80-90 ਕਿੱਲੇ। ਵੱਡੇ ਜ਼ਿਮੀਂਦਾਰ ਸਨ ਤੁਹਾਡੇ? ਹਾਂ ਹਾਂ, ਸਾਰੇ ਪਿੰਡ 'ਚ ਸਾਡਾ ਭਾਈ ਘਰ ਚੰਗਾ। ਅੱਛਾ, ਕੰਮ ਹੀ ਚੰਗਾ ਸੀ। ਅੱਛਾ, ਭਾਵੇਂ ਇਕੱਲੇ ਸਾਡੇ ਕੰਮ ਹਾਣ ਪਵਾਇਆ। ਠੀਕ ਹੈ। ਸਾਰੇ ਦੋ ਤਿੰਨ ਭਰਾ ਹਨ ਸਾਈ, ਉਹਨਾਂ ਦਾ ਸਾਰਾ ਭਰਾ ਸਾਡੇ ਕੋਲ ਹੀ ਸੀ। ਪਹਿਲਾਂ ਦਾਦਾ ਸਾਡਾ ਕਰਦਾ ਸੀ ਕੰਮ, ਫਿਰ ਸਾਡਾ ਸਾਡੇ ਪਿਓ ਨੇ ਭਾਂਜਾ ਲੈਂਦਾ ਸੀ। ਅੱਛਾ, ਅਤੇ ਫਿਰ ਉਹਨਾਂ ਸਿਵਾਈ ਛੱਡ ਦਿੱਤੀ ਸੀ, ਮਸਾਈ ਕਰਦਾ ਸੀ ਸਾਡਾ ਕੰਮ। ਅੱਛਾ, ਇਸ ਤਰ੍ਹਾਂ। ਠੀਕ। ਅਤੇ ਕਿਹੜੀ ਕਿਹੜੀ ਬਰਾਦਰੀ ਦੇ ਲੋਕ ਰਹਿੰਦੇ ਸਨ ਉੱਥੇ? ਮੁਸਲਮਾਨ ਹਨ, ਹੋਰ ਦੂਸਰੇ ਅਤੇ ਘੁੰਮਣ ਅਤੇ ਘੁੰਮਣ ਜੱਟ ਸਨ। ਘੁੰਮਣ ਜੱਟ ਹੋਣਗੇ, ਜੱਟ ਸਨ। ਹੋਰ ਜਿਹੜਾ ਵੀ ਆ ਹਨ, ਜੁਲਾਏ ਜੁਲਾਏ। ਅੱਛਾ ਜੀ। ਹੋਰ ਬੋਰੀਆਂ ਹੱਟੀਆਂ ਵੀ ਸਨ ਪਿੰਡ 'ਚ? ਆਹੋ, ਹੱਟੀਆਂ। ਬਾਜ਼ਾਰ ਸੀ, ਬਾਜ਼ਾਰ ਸੀ, ਵੱਡਾ ਤਗੜਾ ਪਿੰਡ ਸੀ, ਤਗੜਾ ਪਿੰਡ, ਘੋੜੇ ਤੋਂ ਵੱਡਾ। ਅੱਛਾ, ਕਿੰਨੇ ਲੰਬੜਦਾਰ ਸਨ ਪਿੰਡ ਦੇ? ਪਿੰਡ ਦੇ ਮੈਂ ਕਿੰਨੀਆਂ ਪੱਤੀਆਂ ਸਨ? ਪੱਤੀਆਂ ਮੈਂ ਨਹੀਂ ਜਾਣਦਾ। ਅੱਛਾ, ਛੋਟੇ ਸੋ। ਲੰਬੜਦਾਰਾਂ ਦੇ ਨਾਂ ਚੇਤੇ ਨੇ? ਇੱਕ ਛੇ ਬੂਟਾ ਸਿੰਘ ਸੀ, ਇੱਕ ਕਿਰਪਾ ਸਿੰਘ ਸੀ। ਅੱਛਾ ਜੀ, ਇਸ ਤਰ੍ਹਾਂ ਮੈਂ ਇਹਨਾਂ ਦੋਹਾਂ ਜਾਣਦਾ। ਪਿਆਰਾ ਸਿੰਘ? ਨਹੀਂ ਨਹੀਂ, ਉਹ ਇੱਧਰ ਆ ਗਏ, ਉਹ ਇੱਧਰ ਦੀ ਗੱਲ ਹੋਏ, ਇੱਧਰ ਹੋਏ ਨੇ। ਅਤੇ ਤੁਹਾਡੇ ਜਿਹੜੇ ਪਿਤਾ ਜੀ ਸਨ ਚੂੜ ਸਿੰਘ ਜੀ, ਉਹ ਉੱਥੇ ਲੰਬੜਦਾਰ ਸਨ? ਨਹੀਂ। ਅੱਛਾ, ਇੱਧਰ ਆ ਕੇ ਬਣੇ ਲੰਬੜਦਾਰ? ਇੱਧਰ ਫਿਰ ਮਿਲ ਗਈ ਨਾ ਲੰਬੜਦਾਰ ਪਰ ਭਰਾ ਸਾਡੇ। ਅੱਛਾ, ਜਿਹਦਾ ਦਾਲ ਲੱਗਿਆ ਲੈ ਗਿਆ। ਚੂੜ ਸਿੰਘ ਦੇ ਕਿੰਨੇ ਬੇਟੇ ਸਨ? ਦੋ ਹੀ ਹਨ। ਦੋ ਸਨ? ਕੀ ਨਾਂ ਸੀ ਦੂਜੇ ਦਾ? ਭੈਣਾਂ ਹਨ। ਅੱਛਾ ਜੀ, ਦੋ ਹੀ ਭੈਣਾਂ ਹਨ। ਮੈਂ ਉੱਥੇ ਸਿਰਫ ਤਲਾਅ ਜਾਂਦਾ ਹਾਂ, ਉੱਥੇ ਮੰਦਰ ਵੀ ਆ ਸੀ, ਉਦੋਂ ਅੱਗੇ ਸਕੂਲ ਸੀ ਪਿੰਡ 'ਚ। ਅੱਛਾ ਅੱਛਾ, ਲਾਗੇ ਲਾਗੇ ਤਲਾਅ ਦੇ ਲਾਗੇ ਹੀ ਛੱਪੜ ਵੀ ਸੀ? ਛੱਪੜ ਉਹ ਤਲਾਅ ਜਾਂਦੇ ਹਾਂ। ਅੱਛਾ, ਇੱਕ ਪਾਸੇ ਨਹਾਉਣਾ ਥਾਂ ਬਣਾਇਆ ਸੀ, ਜਿਸ ਤਰ੍ਹਾਂ ਤਲਾਅ ਹੁੰਦੇ ਨੇ, ਤਗੜਾ ਤਲਾਅ ਸੀ ਤੇ। ਅੱਛਾ, ਕਿਉਂਕਿ ਸਾਰਾ ਪਿੰਡ ਸਾਰਾ ਉੱਥੇ ਨਹਾਉਂਦਾ ਸੀ ਆ ਕੇ ਸ਼ਹਿਰ ਉਸ ਤਲਾਅ 'ਤੇ। ਸ਼ਹਿਰ ਵਰਗਾ ਪਿੰਡ ਸੀ। ਠੀਕ। ਤਾਲਣਾ ਪਿੰਡ ਸੀ। ਉਸ ਪਿੰਡ ਬਾਰੇ ਹੋਰ ਦੱਸੋ, ਪਿੰਡ ਬਾਰੇ ਹੋਰ ਦੱਸੋ, ਕਿਵੇਂ 1947 'ਚ ਕਿਵੇਂ ਉੱਠਣਾ ਪਿਆ ਤੁਹਾਨੂੰ? ਅਸੀਂ ਜਨਾਬ ਉੱਥੋਂ ਬੰਦਿਆਂ ਨੂੰ ਪਤਾ ਹੀ ਹੈ, ਅਸੀਂ ਛੋਟੇ ਹਾਂ, ਸਾਡੇ ਪਿਓ ਨੂੰ ਨਾ ਕਸਰ ਕਰਤਾ। ਅੱਛਾ, ਅਸੀਂ ਫਿਰ ਦਾਦਾ ਵੀ ਘਰ ਦਿੱਤਾ, ਅਸੀਂ ਫਿਰ ਬੰਦੇ ਸਾਰੀ ਬਰਾਦਰੀ ਬੰਦੇ ਆਉਣੇ ਹਾਂ, ਇਕੱਠੇ ਇਕੱਠੇ ਹੋ ਗਏ। ਹੋਰ ਦਾਦਾ ਕਤਲ ਹੋ ਗਿਆ ਉੱਥੇ? ਆਹੋ, ਉੱਥੇ ਕਤਲ ਹੋਏ। ਹਾਂ, ਹਮਲਾ ਹੋਇਆ ਸੀ ਪਿੰਡ 'ਤੇ, ਹਮਲਾ ਹੋਇਆ ਸੀ। ਆਹੋ, ਹਮਲਾ ਹੀ ਸਮਝ ਲਓ, ਘਰ 'ਤੇ ਹਮਲਾ ਹੋਇਆ ਸੀ, ਘਰ 'ਤੇ। ਤੁਹਾਡੇ ਘਰ 'ਤੇ? ਹਾਂ, ਸਿਰਫ ਸਾਡੇ ਘਰ 'ਤੇ, ਬਾਕੀ ਕਿਸੇ ਨਹੀਂ ਹੋਇਆ ਨਾ। ਖੂਹ ਦਾਦੇ ਸਾਡੇ ਖੂਹ 'ਚ ਮਾਰਤਾ ਹੁਣ।
आवाज मार के ढंग बुला लै दो बंदे उत्ते चढ़ गए भाई ना जाए ਉਹ ਕਿਉਂ ਕੱਲਿਆਂ ਨੂੰ ਮਾਰਿਆ ਕੋਈ ਰੰਜਿਸ਼ ਸੀ ਪੁਰਾਣੀ ਇਹਨਾਂ ਦੀ ਹੋਏ ਕਿਵੇਂ ਸਾਨੂੰ ਨਹੀਂ ਪਤਾ ਅੱਛਾ ਤੇ ਇਹ ਗੁੱਸੇ ਨੇ ਹੋਈ ਕੋਈ ਕਿਸੇ ਗੱਲ ਦੀ ਲੇਕਿਨ ਮੈਂ ਸੁਣਿਆ ਹਾਂ ਵੇ ਗਵਾਹੀ ਦਿੱਤੀ ਹੋਣਾ ਅੱਛਾ ਕਤਲ ਦੀ ਓਹੋ ਅੱਛਾ ਕਿਸੇ ਕਤਲ ਦੀ ਗਵਾਹੀ ਦਿੱਤੀ ਹੋਈ ਸੀ ਪਰ ਉਹ ਜਿਹੜਾ ਜਿਹੜੀ ਦੁਸ਼ਮਣੀ ਕੱਢੀ ਉਹਨਾਂ ਨੇ ਉਹਨਾਂ ਦਾ ਲੱਗ ਗਿਆ ਕਿਹੜੇ ਪਿੰਡ ਦਾ ਸੀ ਕਤਲ ਹੋਇਆ ਜਿੱਥੇ ਗਵਾਹੀ ਦਿੱਤੀ ਸੀ ਜਿਸ ਪਿੰਡ ਬਾਰੇ ਇਹ ਨਹੀਂ ਪਤਾ ਸਾਡੇ ਪਿੰਡ ਦਾ ਹੀ ਹੋਣਾ ਆਪਣੇ ਪਿੰਡ ਦਾ ਹੀ ਜੀ ਜਿਹੜੇ ਹਮਲਾ ਕਰਨਾ ਤੁਹਾਡੇ ਪਿੰਡ ਦੇ ਹੀ ਸਨ ਆਹੋ ਤੁਹਾਡੇ ਪਿੰਡ ਦੇ ਹੀ ਮਾਰਿਆ ਆ ਪਿੰਡ ਦੇ ਅੱਛਾ ਪਿੰਡ ਦੇ ਨਾ ਰਹਿਮੀ ਉਹਦਾ ਜਾਣਦਾ ਤੁਸੀਂ ਉਹਦੇ ਕਿੱਥੇ ਘਰ ਹੀ ਸੋ ਨਹੀਂ ਅਸੀਂ ਉਹ ਟਾਈਮ 'ਤੇ ਸਾਨੂੰ ਆਪਣੇ ਇਹਨਾਂ ਜਿਹੜੇ ਨਾਂ ਦੱਸੇ ਭਾਈਆਂ ਦੇ ਉਹਨਾਂ ਦੇ ਘਰ ਸਾਂ ਅਸੀਂ ਅੱਛਾ ਸਾਡੇ ਪਿਤਾ ਨੂੰ ਵੀ ਉੱਥੇ ਆਉਣਾ ਸੀ ਯਾਦ ਆ ਰਹਾ ਉੱਥੇ ਕਰਨੇ ਸੀ ਉਹਨਾਂ ਉੱਥੇ ਭਰਾ ਮਾਰਤਾ ਬਈ ਵੀ ਸਾਨੂੰ ਵੀ ਉਹਨਾਂ ਖੂਦ ਛੱਡੇ ਸਾਈ ਬਾਣੀਆਂ ਦੇ ਘਰ ਹਨ ਲਾਗੇ ਸਾਡੇ ਬ੍ਰਾਹਮਣਾਂ ਦੇ ਅੱਛਾ ਜੀ ਜੋ ਮੇਰੇ ਲੱਭੂ ਰਾਮ ਮੁਨਸ਼ੀ ਰਾਮ ਮੁਨਸ਼ੀ ਰਾਮ ਇਹ ਬਾਹਮਣ ਸਨ ਬਾਹਮਣ ਸਨ ਅੱਛਾ ਉਹਨਾਂ ਦੇ ਘਰ ਲੱਗੇ ਤੁਹਾਡਾ ਘਰ ਸੀ ਗੱਬੇ ਸਾਡਾ ਪਿੰਡ ਸੀ ਘਰ ਸੀ ਅਤੇ ਗੱਬੇ ਉਹ ਅੱਛਾ ਸਾਡਾ ਘਰ ਸੀ ਉਹਨਾਂ ਦਾ ਪਲਾਟ ਪਿੰਡ ਤਿੰਨ ਚਾਰ ਘਰ ਕਿਵੇਂ ਦਾ ਸੀ ਪੱਕਾ ਸੀ ਹਾਂ ਘਰ ਪੱਕਾ ਸੀ ਪੱਕਾ ਨਹੀਂ ਸੀ ਬਈ ਆ ਕਿ ਸਾਰੇ ਮੈਂ ਕੋਈ ਦਸ ਕਮਰੇ ਉਂਝ ਵੱਡਾ ਸੀ ਬੜਾ ਘਰ ਤਗੜਾ ਸੀ ਅੱਛਾ ਪਹਿਲਾ ਖੁੱਲ੍ਹਾ ਜਿਹਾ ਪਿੱਛੇ ਦਾਣੇ ਪਾਉਣ ਲਈ ਜਾਂ ਚੋਰ ਰੱਖੇ ਹਨ ਜਾਂ ਸਮਾਨ ਰੱਖਣ ਲਈ ਇੱਕ ਪਾਸੇ ਦਾਣੇ ਅਤੇ ਇੱਕ ਪਾਸੇ ਪਰਿਵਾਰ ਰਹਿਣ ਲਈ ਕੱਪੜਾ ਰੱਖੀ ਅੱਛਾ ਫਿਰ ਦੋ ਬਸਾਰ ਰੱਖੇ ਹਨ ਪਰ ਬੜਾ ਤਗੜਾ ਘਰ ਸੀ ਜਿਹੜਾ ਦਾਣੇ ਪਾਉਂਦੇ ਸੀ ਭੜੋਲੀਆਂ ਸਨ ਆਹੋ ਭੜੋਲੀਆਂ ਨਹੀਂ ਉਹ ਖੁੱਲ੍ਹੇ ਹੋਏ ਦਾਣਾ ਖੁੱਲ੍ਹੇ ਥਾਂ ਛੱਡੇ ਹਨ ਉਹ ਹੁੰਦਾ ਸੀ ਵੀ ਦਾਣੇ ਰੱਖੇ ਦੇ ਮਗਰੋਂ ਵੇਚਾਂਗੇ ਅੱਛਾ ਖੁੱਲ੍ਹੇ ਕਮਰੇ 'ਚ ਰੱਖੇ ਸਨ ਦਾਣੇ ਨਾਲੇ ਦਾਣੇ ਹੁੰਦੇ ਪਿਛਲੇ ਘਰ ਸਨ ਪਿਛਲੇ ਪਾਸੇ ਅੱਛਾ ਜੀ ਅੱਗੇ ਖੁੱਲ੍ਹਾ ਸੀ ਫਸਲ ਬਾੜੀ ਕਿਹੜੀ ਹੁੰਦੀ ਸੀ ਉੱਥੇ ਕਪਾਹ ਸੀ ਕਮਾਲ ਘੱਟ ਸੀ ਕਣਕ ਬੀਜਦੇ ਸਾਲ ਪਿੱਛੋਂ ਕਣਕ ਵੀ ਹੁੰਦੀ ਸੀ ਬਹੁਤ ਪਾਣੀ ਖੂਹ ਦਾ ਲੱਗਦਾ ਸੀ ਪਿੰਡ 'ਚ ਖੂਹ ਦਾ ਹੋਰ ਕਿਸੇ ਖੂਹ ਦਾ ਨਾਂ ਚੇਤੇ ਆ ਹੋਰ ਕਿਸੇ ਖੂਹ ਦਾ ਨਾਂ ਚੇਤੇ ਆ ਖੈੜਿਆਂ ਵਾਲਾ ਸੀ ਤੁਹਾਡੀ ਬਰਾਦਰੀ ਵਿੱਚੋਂ ਸੀ ਆਹੋ ਉਹ ਨਾ ਕਿਸੇ ਆਪਣੇ ਪਿੰਡ ਦੇ ਖੂਹ ਜਾਂਦੇ ਅੱਛਾ ਤੇ ਪੀਣ ਵਾਲਾ ਪਾਣੀ ਉਹ ਵੀ ਖੂਹ ਸਨ ਕੋਈ ਖੂਹ ਹੀ ਹਨ ਪਿੰਡ 'ਚ ਕਿੰਨੇ ਖੂਹ ਸਨ ਪਿੰਡ 'ਚ ਮੈਂ ਇੱਕੋ ਜਾਣਦਾ ਹੋਇਆ ਸਾਡੇ ਘਰ ਲਾਗੇ ਅੱਛਾ ਇੱਕ ਦੁਕਾਨ ਸੀ ਮੇਰੇ ਕੋਲ ਪਤਾ ਨਹੀਂ ਪੱਕੀ ਉਹਨਾਂ ਬੜਾ ਕੁਝ ਵਧੀਆ ਹੁਣ ਮੈਂ ਪਜਾਰੇ ਬਣਾਇਆ ਸੀ ਉਹ ਬੜਾ ਵਧੀਆ ਬਣਿਆ ਸੀ ਸਾਡੇ ਘਰ ਦੇ ਲਾਗੇ ਸਾਡੇ ਘਰ ਤੋਂ ਲੈਂਦੇ ਪਾਸੇ ਅੱਛਾ ਉਹ ਕਿਸੇ ਢੰਗ ਨਾਲ ਬਣਾਇਆ ਵਧੀਆ ਕੋਈ ਮੇਲਾ ਵੀ ਲੱਗਦਾ ਸੀ ਪਿੰਡ 'ਚ ਮੇਲਾ ਨਹੀਂ ਲੱਗਦਾ ਕਿਹੜੇ ਪਿੰਡ ਮੇਲਾ ਲੱਗਦਾ ਸੀ ਜਿੱਥੇ ਜਾਂਦੇ ਸੀ ਦੇਖਣ ਵੇਖਿਆ ਮੇਲਾ ਮੈਂ ਕਿੱਥੇ ਵੇਖਣਾ ਸੀ ਛੋਟੇ ਸਨ ਮੈਨੂੰ ਕਰਦਾ ਹੀ ਕੋਈ ਨਹੀਂ ਸੀ ਅੱਛਾ ਜ਼ਿਆਦਾ ਛੋਟੇ ਸਨ ਹੋਰ ਕੋਈ ਯਾਦਾਂ ਪਿੰਡ ਦੀਆਂ ਧੁੰਦਲੀਆਂ ਛੋਟੇ ਹੋ ਅੱਛਾ ਜਿੰਨਾ ਦਾ ਖੇਡਦੇ ਉਹਦਾ ਕੋਈ ਨਾਂ ਚੇਤੇ ਹੋਏ ਜਿੰਨਾ ਦਾ ਖੇਡ ਹਾਣੀ ਕੋਈ ਮੁਸਲਮਾਨਾਂ ਦਾ ਮੁੰਡਾ ਫਿਰ ਘਰੇ ਹੁੰਦੇ ਹਾਂ ਉਦੋਂ ਵੈਗ ਹੋਣਾ ਨੂੰ ਘਰੇ ਰਹਿਣਾ ਜਾਂਦਾ ਰਿਹਾ ਖੁਦੇ ਮਗਰੋਂ ਕੋਈ ਸਾਲ ਛੇ ਮਹੀਨੇ ਅੱਛਾ ਆਪਣਾ ਦਾਦੇ ਰੋਟੀ ਦੇ ਆਉਣੀ ਅੱਛਾ ਜੀ ਥੋੜ੍ਹੇ ਜਿਹੇ
ਵੱਡੇ ਹੋਏ ਹੋਏ ਹੱਥ ਵਟਾਉਣ ਲੱਗ ਪਏ ਘੱਲਣ ਲੱਗ ਪਏ ਮੈਨੂੰ। ਅੱਛਾ ਠੀਕ, ਨਾਨਕੇ ਕਿੱਥੇ ਸਨ? ਕਿਹੜੀ ਗੋਸੀ ਮਾਮਿਆਂ ਦੀ? ਚੀਮੇ ਸਨ। ਕੀ ਦੱਸਿਆ ਨਾ ਤੁਸੀਂ? ਅੱਛਾ ਲੱਦੋ ਬੱਲਾ ਲਿੱਦੋ ਬੱਲੜ, ਠੀਕ ਹੈ, ਜਿਹੜਾ ਸਿਆਲਕੋਟ ਵਿੱਚ ਪੈਂਦਾ, ਠੀਕ। ਮਾਮਿਆਂ ਨਾਂ ਚੇਤੇ ਆ? ਮੁੰਸ਼ਾ ਸਿੰਘ ਜੀ, ਫੌਜਾ ਸਿੰਘ ਸੀ ਕਿੱਦਾਂ? ਅੱਛਾ, ਬੜਾ ਤਗੜਾ ਭਰਾ ਸੀ, ਤਗੜਾ ਪਿੰਡ ਸੀ, ਭਰਾ। ਇਹ ਹੁਣ ਕਿੱਥੇ ਬੈਠੇ ਨੇ ਇੱਧਰ ਆ ਕੇ? ਉਹ ਯੂਪੀ ਤੋਂ ਗਏ, ਯੂਪੀ ਗਏ, ਉਹ ਬਾਅਦ ਯੂਪੀ ਗਏ, 1947 ਤੋਂ ਬਾਅਦ ਹੀ ਚਲੇ ਗਏ ਉੱਥੇ ਸਿੱਧਾ ਹੀ? ਨਹੀਂ ਨਹੀਂ, ਸਾਫੀ ਮਿੰਟ ਸਾਲ ਦੋ ਸਾਲ ਰਹਿ ਕੇ ਗਏ ਹੋਣਗੇ ਇੱਥੇ। ਕਿੱਥੇ ਰਹੇ, ਕਿੱਥੇ ਆਏ ਸਣੇ? ਪਰੋਰੀ ਰਹੇ ਹਨ, ਇਸ ਅਸੀਂ ਤਾਂ ਪਹਿਲੋ ਸ਼ਾਹ ਬਾਈ ਅਵਟਾਲੇ ਲੱਗ ਰਹੇ ਹਾਂ। ਮਾਮਾ ਅੱਛਾ, ਜਦੋਂ 47 ਤੋਂ ਮਾਮਾ ਸਾਡਾ ਉੱਥੇ ਰਿਹਾ। ਅੱਛਾ, ਮਾਮਿਆਂ ਦੇ ਰਹੇ ਤੁਸੀਂ ਲਾਗੇ ਪੇਰੋ ਸ਼ਾਹ? ਹਾਂ। ਜਦੋਂ 1947 ਤੋਂ ਬਾਅਦ ਸਿੱਧੇ ਗੁਰਦਾਸਪੁਰ ਆਏ ਹੋ? ਆਹੋ, ਉਹ ਮਾਮਾ ਸਾਡਾ ਹੈ ਜੀ, ਲੈ ਗਿਆ ਮੈਨੂੰ 6 ਮਹੀਨੇ। ਅੱਛਾ, ਵੀ ਕੰਮ ਕੁੰਮ ਕਰਾਇਆ, ਉਹਦੇ ਬੱਚੇ ਛੋਟੇ ਹਨ। ਅੱਛਾ, ਹੁਣ ਮਿਲਦੇ ਗਿਲਦੇ ਨੇ ਮਾਮੇ? ਆਹੋ, ਆਉਂਦੇ ਜਾਂਦੇ ਨੇ ਤੇ ਉਹ ਪੁਰਾਣੇ ਹੁਣ। ਅੱਛਾ, ਸੱਕੇ ਮਾਮੇ ਇੱਥੇ ਹੀ ਨੇ? ਉਹ ਅੱਛਾ ਇੱਥੇ ਆ ਗਏ ਨੇ, ਸੱਕੇ ਹਾਂ ਜਾਂ 5-6 ਘਰ ਉਹ ਦੂਜੇ ਹਨ ਨਾ, ਉਹ ਬੜਾ ਆਪਕੇ ਤਾਰਾ ਸਿੰਘ ਕੇ। ਅੱਛਾ ਜੀ, ਮੂਲਾ ਸਿੰਘ ਕੇ। ਅੱਛਾ, ਕਿਸੇ ਸ਼ਹਿਰ ਗਏ ਹੋ ਉਦੋਂ? ਕਿਸੇ ਸ਼ਹਿਰ ਨਹੀਂ ਗਏ? ਸਿਆਲਕੋਟ, ਪਸਰੂਰ? ਨਾ, ਮੈਨੂੰ ਸ਼ਹਿਰਾਂ ਮੈਨੂੰ ਨਹੀਂ ਪਤਾ। ਅੱਛਾ, 1947 ਫਿਰ ਤੁਸੀਂ ਪਿੰਡ 'ਚ ਉੱਠੇ ਅਤੇ ਕਿਵੇਂ ਕਿਵੇਂ ਪਹੁੰਚੇ ਦੱਸੋ? ਅਸੀਂ ਸਾਨੂੰ ਤੋੜਤਾ ਹਨ ਅਤੇ ਡੁਗਰੀ ਪਿੰਡ ਸੀ, ਸਵੇਰੇ 5 ਗਰੀਆਂ। ਅੱਛਾ, ਉੱਥੇ ਸਾਨੂੰ ਡੱਕ ਲਿਆ, ਉੱਥੇ ਡੱਕ ਲਿਆ। ਅੱਛਾ ਜੀ, ਬਈ ਕਹਿੰਦਾ ਸਾਨੂੰ ਪ੍ਰਚਾਰ ਕੀਤਾ ਉਹਨਾਂ, ਵੀ ਅਸੀਂ ਤੁਹਾਨੂੰ ਐਸਾ ਕਰਨਾ ਮਾਰਨਾ। ਉਹ ਫਿਰ ਮੁਸਲਮਾਨਾਂ ਨੇ ਉਹਨੇ ਬਾਲਿਆ ਸਾਨੂੰ। ਅੱਛਾ, 100 ਬੰਦਾ ਸੀ, 100 ਬੰਦਾ ਸੀ, ਇਕੱਲੇ ਥੋੜ੍ਹੇ ਸੀ। ਅੱਛਾ, ਉੱਥੇ ਫਿਰ ਉਹਨਾਂ ਸਾਨੂੰ ਭਜਾਤਾ, ਜਾਓ ਤੁਸੀਂ ਉੱਥੋਂ। ਕਿੰਨੇ ਔਰ ਮੁਸਲਮਾਨ ਨਹੀਂ, ਉਸ ਵਿੱਚ ਪਿੰਡ ਆਏ ਉਹਨਾਂ ਦੇ, ਤੁਹਾਨੂੰ ਕੁਛ ਨਹੀਂ ਕਹਿੰਦੇ, ਜਾਓ। ਅੱਛਾ, ਉਦੋਂ ਫਿਰ 10-20 ਕੁ ਪੈਣੇ ਜਾ ਕੇ ਫਿਰ ਡਰਦਾ ਡਰ ਗਿਆ। ਅੱਛਾ, ਬਈ ਆਪਣੀ ਤਲਾਹੀ ਦਿਓ, ਸੁੱਟ ਦਿਓ ਜੋ ਕੋਈ ਤੁਹਾਡੇ ਕੋਲ ਹੈ, ਉਹ ਸੁੱਟ ਦਿੱਤਾ ਲੋਕਾਂ। ਅੱਛਾ, ਉੱਥੋਂ ਜਿਹੜਾ ਥੋੜ੍ਹਾ ਬਹੁਤਾ ਨਾਲ ਲਿਆ ਸੀ ਸਾਰਾ ਛੁਟਾ ਲਿਆ ਉਹਨਾਂ ਨੇ? ਆਹੋ, ਜੋ ਉਹਨਾਂ ਦਾ ਵਾਰਾ ਖਾਂਦੇ ਉਹਨਾਂ ਕੋਲ ਛੋਟਾ ਆਏ ਲੋਕ, ਕੁਝ ਅਸੀਂ ਬਚ ਗਿਆ ਬਚ ਗਿਆ। ਕੀ ਲੈ ਕੇ ਤੁਰੇ ਸੀ ਉੱਥੇ ਪਿੰਡੋਂ? ਉਹ ਕਿਸੇ ਨੇ ਖੇਲ ਚੁੱਕ ਲਿਆ, ਕਿਸੇ ਨੇ ਗਰਮੀ ਬਾਹਰ ਸੀ ਕੱਖੀ, ਅਤੇ ਸਾਡੀ ਮਾਤਾ ਦੇ ਭੈਣ ਦਾ ਸਾਡੇ ਵਿਆਹ ਹੋਇਆ ਸੀ ਅਤੇ ਮੁੰਡੇ ਭਰਾ ਦਾ ਵੀ, ਉਹ ਕਹਿੰਦੇ ਕਹਿੰਦੇ ਹੈ ਸਾਡੀ ਮਾਤਾ ਨੇ ਲੈਂਦੇ ਹਨ ਲਗਾ ਲੁਕੋ ਕੇ। ਅੱਛਾ, ਉਹ ਲੈਣ ਦੇ ਇੱਧਰ ਉਹ ਨਾ ਖਿਆਲ ਖੇਤ ਸੁੱਟ ਦਿਓ, ਉਹਨੇ ਹੋਰ ਪਾਸੇ ਰੱਖ ਲਿਆ। ਅੱਛਾ, ਵੱਡਾ ਉਹ ਇੱਕ ਪਾਸੇ ਕਰ ਲਿਆ ਅਤੇ ਪਿੰਡੋਂ ਘਰੋਂ ਜਾਣ ਲਿਆ ਤੋਰ ਲਿਆ, ਬਾੜੇ ਪਿਓ ਨੇ ਨੱਪਿਆ ਸੀ ਲਕਾ ਕੇ ਤੰਦੂਰ 'ਚ, ਉੱਥੇ ਵੀ ਉਹ ਲੱਗਿਆ ਵਿਚਾਰੇ, ਉਹ ਮਰਿਆ ਪਿਆ ਰੱਖਿਆ ਸੀ, ਉਹ ਮਰਿਆ ਪਿਆ ਸੀ ਪਿਓ, ਉਹਨਾਂ ਵੀ ਉਹ ਬਹਾਦਰੀ ਕੀਤੀ ਵਿੱਚ ਕਰ ਲਈ ਮਾਵਤੀਆਂ। ਅੱਛਾ, ਸੋਨਾ ਅਤੇ ਪੈਸਾ ਤੇ ਲਾਗੋ ਵਿਆਹ ਹਨ, ਪੈਸੇ ਨਗਦ ਪੈਸੇ ਪੈਸੇ ਹੀ ਉਹਨੂੰ ਕੌਣ ਸਾਨੂੰ ਕੀ ਮੈਨੂੰ ਇਹ ਗੱਲ ਨਹੀਂ ਪਤਾ। ਅੱਛਾ, ਅਤੇ ਮੈਨੂੰ ਪਤਾ ਗਹਿਣੇ ਆ ਜਾ ਅਸੀਂ ਲਾਏ ਹਾਂ, ਗਹਿਣੇ ਲਾਇਆ ਸੀ ਅਤੇ ਹੈ ਵੀ ਆਇਆ ਵੀ ਸਾਡਾ ਭਰਾ ਬਣੈਣ 'ਚ ਆਇਆ ਕੋਈ ਕੱਛੇ ਬਣੈਣ 'ਚ ਹੀ, ਆਹੋ ਗਰਮੀ ਸੀ ਇਸ ਤਰ੍ਹਾਂ। ਜਦੋਂ ਤੁਰੇ ਘਰੋਂ ਫਿਰ ਘਰ ਜਿੰਦਰ ਲਾਏ ਖੁੱਲ੍ਹੇ ਛੱਡ ਆਇਓ? ਕੋਠੇ ਜਾ ਕੇ ਖਾਤਾ। ਅੱਛਾ, ਨਿਕਲੇ ਉਦਣ ਹੀ ਜਿੱਦਣ ਕਤਲ ਹੋਇਆ ਉਸੇ ਦਿਨ ਨਿਕਲੇ? ਉਦਣ ਹੀ, ਫਿਰ ਰਾਤ ਕਤਲ ਹੋ ਗਿਆ, ਅਗਲੇ ਦਿਨ ਆ ਗਏ ਅਸੀਂ। ਅੱਛਾ, ਸਾਰਾ ਪਿੰਡ ਨਿਕਲ ਗਿਆ? ਪਿੰਡ ਆ ਗਿਆ ਜੀ, ਸਾਰਾ ਪਿੰਡ ਉਸੇ ਦਿਨ ਹੀ ਸਾਰਾ ਪਿੰਡ ਨਿਕਲ ਗਿਆ, ਰਹਿ ਵੀ ਗਿਆ ਕੋਈ 5-7 ਘਰ। ਅੱਛਾ, ਰਹਿ ਗਿਆ ਉਹ, ਫਿਰ ਮਗਰੋਂ ਆਏ ਮਹੀਨਾ 2 ਮਹੀਨੇ। ਅੱਛਾ, ਬਾਅਦ 'ਚ ਆਏ ਨੂੰ ਠੀਕ ਠਾਕ ਆ ਗਏ? ਉਹ ਗੌਰਮੈਂਟ ਲਿਆਉਂਦੇ ਹਾਂ ਜਾ ਕੇ।
ਇਹ ਤੁਹਾਡੇ ਪਿਤਾ ਤੋਂ ਇਲਾਵਾ ਹੋਰ ਕਤਲ ਹੋਇਆ ਤੁਹਾਡੇ ਮਰਾਦੇ ਚ? ਕੋਈ ਨਹੀਂ ਹੋਇਆ, ਕੋਈ ਨਹੀਂ ਹੋਇਆ। ਅੱਛਾ, ਬੁੱਢਾ ਬੜਾ ਫਾਕ ਮਰਿਆ ਹੋਇਆ। ਤੇ ਜਿਹੜੇ ਬਜ਼ੁਰਗ ਸਨ, ਮਾਈਆਂ ਬਜ਼ੁਰਗ ਜਿਹੜੇ ਚੱਲ ਫਿਰ ਨਹੀਂ ਸਕਦੇ, ਉੱਥੇ ਛੱਡ ਆਏ? ਸਾਡੇ ਬਾਹਮਣਾ ਦੀ ਮਾਤਾ ਸੀ ਕਿ ਉਹ ਵੀ ਉਹ ਮੌਕਿਆਂ 'ਤੇ ਸਾਡੀ ਵਹਿੰਦੀ ਸੀ, ਮੈਂ ਮਰਨ ਡੇ ਨੇ। ਅੱਛਾ, ਪਿਓ ਨੂੰ ਅਤੇ ਉਹ ਠੀਕ ਹੈ। ਜਦੋਂ 1947 ਜਦੋਂ ਆ ਗਏ ਤੁਸੀਂ ਪਿੰਡ ਛੱਡ ਦਿੱਤਾ, ਬਜ਼ੁਰਗ ਨਹੀਂ ਆਏ, ਬਜ਼ੁਰਗਾਂ ਨੂੰ ਉੱਥੇ ਛੱਡ ਆਏ ਪਿੰਡ 'ਚ? ਸਰਕਾਰ ਵੀ ਉਹਨੇ ਕੀਤਾ। ਅੱਛਾ, ਉਹਨਾਂ ਨੇ ਬਚ ਕੀਤਾ, ਠੀਕ ਹੈ। ਬਿਲਕੁਲ ਇਹ ਨਹੀਂ ਪਤਾ ਵੀ ਕੀਤਾ ਵੀ ਹੈ ਕਿ ਨਹੀਂ ਕੀਤਾ। ਹੋਣਾ ਸਾਡੇ ਸਾਈਆਂ ਉਹਨੇ ਕੀਤਾ ਨਾ। ਕਿਉਂਕਿ ਬਹੁਤ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਬਜ਼ੁਰਗ ਸੀ ਨਹੀਂ ਚੱਲ ਸਕਦੇ ਸਨ, ਉਹ ਉੱਥੇ ਛੱਡੇ ਬੈਠੇ ਮੰਜਿਆਂ ਤੇ। ਤੁਹਾਡੇ ਜਦਾਲੇ ਵੀ ਕਿਹੜੇ ਕਿਹੜੇ ਪਰਿਵਾਰ ਛੱਡ ਆਇਆ ਸੀ ਬਜ਼ੁਰਗਾਂ ਨੂੰ? ਗੌਰਮੈਂਟ ਜਾ ਕੇ ਲੈਂਦੇ ਹਨ ਪਿੰਡੋਂ। ਫਿਰ ਪੈਦਲ ਹੀ ਤੁਰੇ? ਪੈਦਲ ਹੀ ਚੋਲ ਪੈਦਲ ਆਏ। ਅੱਛਾ, ਰਾਜ ਬਾਲੀ ਗਏ ਭਾਈ, ਉਥੋਂ ਫਸੂਰ ਨੂੰ ਆਇਆ ਨਾ, ਉਥੋਂ ਫਿਰ ਅੰਮ੍ਰਿਤਸਰ ਨੂੰ ਅਸਾਂ ਪਿੰਡੋਂ ਨਿਕਲ ਕੇ ਪਹਿਲਾਂ ਪਸਰੂਰ ਆਏ, ਕੈਂਪ ਲੱਗਾ ਸੀ, ਕੈਂਪ ਹੀ ਸੀ ਸਾਡੇ ਪਿੰਡ ਦਾ ਕੀ ਤੇ ਗਲਾਂ ਲੋਕ ਰਲ ਰਹੇ ਹਾਂ। ਅੱਛਾ, ਉਸ ਤੋਂ ਫਿਰ ਅੱਗੇ ਅੱਗੇ ਹੀ ਗੱਡੀ 'ਚ ਬੈਠੇ ਫਿਰ ਕਿ ਪੈਦਲ ਹੀ? ਮੈਨੂੰ ਯਾਦ ਨਹੀਂ ਆ, ਗੱਡੀ 'ਚ ਬੈਠੇ ਹੋਵਾਂਗੇ। ਅੱਛਾ, ਲੈਣ ਹੀ ਤੁਰਿਆ ਥੋੜ੍ਹਾ ਜਿਹਾ। ਇੱਕ ਸਾਡੇ ਪਿਤਾ ਦਾ ਰਿਸ਼ਤੇਦਾਰ ਮੁਸਲਮਾਨ ਹੋ ਗਿਆ ਸੀ, ਉਹ ਸਾਨੂੰ ਫਿਰ ਗਾਂ ਛੱਡ ਕੇ ਗਿਆ। ਪਿਤਾ ਮੁਸਲਮਾਨ ਹੋ ਗਿਆ ਸੀ ਉਹ ਪਹਿਲੇ ਤੁਹਾਡੇ, ਉਹ ਪਹਿਲੇ ਕਿਤੇ ਹੋ ਗਿਆ ਜਦਾਲੇ ਦਾ ਹੀ, ਉਹ ਹਵਾ ਇੱਦਾਂ ਚੱਲੀ ਹੋਣੀ ਹੈ ਜਦਾਲੇ ਦਾ ਹੀ। ਅੱਛਾ, ਕੀ ਨਾਂ ਸੀ ਉਹਦਾ? ਨਾਂ ਨਹੀਂ ਪਤਾ, ਉਹਨੇ ਸਾਨੂੰ ਪਤਾ ਲੱਗਿਆ ਜੋ ਸਾਡੇ ਪਿਤਾ ਪੂਰੇ, ਉਹ ਸਾਨੂੰ ਪੰਜ ਚਾਰ ਮਹੀਨੇ ਛੱਡ ਕੇ ਗਿਆ ਯਾਰ। ਅੱਛਾ, ਹਮਦਰਦੀ ਵਿੱਚ ਹੁੰਦੇ ਨਾ ਪਸਰੂਰ, ਫਿਰ ਆਉਂਦੇ ਰਹੇ ਮਿਲਣ ਤੁਹਾਨੂੰ ਪਿੰਡ ਦੇ ਜੋ ਤੁਸੀਂ ਪਸਰੂਰ ਬੈਠੇ ਸੋ? ਨਾ ਹੀ, ਉਸੇ ਰਾਤ ਇੱਕ ਦਿਨ ਇੱਕ ਰਾਤ ਰਹੇ ਹੋ। ਉੱਥੋਂ ਫਿਰ ਅਗਲਾ ਪੜਾਅ ਕਿੱਥੇ ਹੋਇਆ? ਪਸੂਰ ਤੋਂ ਅੱਗੇ ਫਿਰ ਸਿੱਧਾ ਡੇਰੇ ਆਏ ਕਿ ਅੰਮ੍ਰਿਤਸਰ ਗਏ? ਅਸੀਂ ਉੱਥੋਂ ਇਹ ਹੀ ਰਹੇ ਹਾਂ ਇੱਥੇ ਜਲੰਧਰ, ਪਰ ਕੋਠੀ ਸਾਨੂੰ ਮਿਲ ਗਈ ਸੀ ਜਲੰਧਰ। ਜਲੰਧਰ ਨਹੀਂ, ਜਦੋਂ ਤੁਸੀਂ ਬਾਰਡਰ ਕ੍ਰੋਸ ਕੀਤਾ, ਦਰਿਆ ਟੱਪੇ ਹੋ ਰਾਵੀ ਦਾ, ਫਿਰ ਤੁਸੀਂ ਉੱਥੇ ਡੇਰੇ ਬਾਬਾ ਨਾਨਕ ਰਹੇ ਹੋ? ਮੈਨੂੰ ਪੱਕਾ ਪਤਾ ਨਹੀਂ, ਪਤਾ ਠੀਕ ਹੈ, ਇਹ ਮੈਨੂੰ ਪਤਾ ਮੈਂ ਆ ਗਈ ਜਲੰਧਰ ਹੀ ਰਹੇ ਹਾਂ ਟੇਸ਼ਨ ਦੇ ਲਾਗੇ। ਅੱਛਾ, ਕੋਠੀ ਇਹ ਬਹੁਤ ਵਧੀਆ ਜੱਤੀ ਰੰਗ ਨਹੀਂ ਕੀਤਾ ਜੀ। ਅਤੇ ਉਹ ਆਹ ਕਿਹੜੇ ਪਿੰਡ ਬੈਠੇ ਹੋ ਆ ਕੇ ਫਿਰ? ਕਿਹੜਾ ਪਿੰਡ ਜਿੱਥੇ ਛੰਨੀਆਂ ਦੀ ਪੱਤੀ ਹੈ? ਪੱਤੀ ਹੈ ਘੰਗਵਾਲ, ਘੰਗਵਾਲ ਪੱਤੀ। ਕਿੰਨੀਆਂ ਪੱਤੀ ਛੰਨੀਆਂ ਦੀਆਂ? ਸੱਤ ਪੱਤੀਆਂ, ਇਹ ਵੀ ਉਹਦੀ ਪੱਤੀ ਹੈ। ਹਾਂਜੀ, ਪਿੰਡ ਦਾ ਨਾਂ ਪੂਰਾ ਬਹਿਬਵਾਲ ਛੰਨੀਆਂ। ਬਹਿਬਵਾਲ, ਇੱਥੇ ਤਹਿਸੀਲ ਦਸੂਆ, ਜ਼ਿਲ੍ਹਾ ਹੁਸ਼ਿਆਰਪੁਰ। ਇਹ ਕਿਸ ਤਰ੍ਹਾਂ ਦਾ ਪਿੰਡ ਸੀ ਜਦੋਂ ਆਇਆ ਤੁਸੀਂ ਇੱਥੇ, ਇਹ ਦੱਸੋ ਪਹਿਲਾਂ ਇੱਥੇ ਪੁੱਜੇ ਕਿਵੇਂ, ਕਿਵੇਂ ਅਲੋਟ ਹੋਈ, ਕਿਸ ਤਰ੍ਹਾਂ? ਉਹ ਕੱਚੀ ਰਾਤ ਸਾਨੂੰ ਕੀਤੇ ਹਸਣ ਲੱਗ ਗਏ, ਪਟੇਰੀ ਪਿੰਡ ਸੀ ਉੱਥੇ ਹੀ, ਕੋਈ ਪਟੇਰੀ ਪਟੇਰੀ ਪੈ। ਅੱਛਾ, ਬਾਗਾਂ ਵਾਲਾ ਪਿੰਡ ਸ਼ਹਿਰ ਹੋਣਾ, ਉਹਨੂੰ ਮਰਿੰਡਾ ਵਾਲੇ, ਉਹਨੂੰ ਬਾਗਾਂ ਵਾਲਾ ਸ਼ਹਿਰ, ਦੋ ਤਿੰਨ ਸਾਲ ਉੱਥੇ ਰਹੇ ਮਰਿੰਡੇ ਦੇ ਲੱਗ ਗਏ ਸੀ ਪਟੇਰੀ ਬਾਗਾਂ, ਮਰਿੰਡੇ ਨੂੰ ਪਟੇਰੀ ਆਉਂਦੇ ਹਨ ਉਹ ਬਾਗਾਂ ਵਾਲਾ ਮਰਿੰਡਾ, ਹੁਣ ਨਾਂ ਬਦਲ ਕੀਤਾ। ਅੱਛਾ, ਉੱਥੇ ਦੋ ਤਿੰਨ ਸਾਲ ਰਹੇ ਹਾਂ, ਉੱਥੇ ਸਾਨੂੰ ਕੱਚੀ ਲਾਟ ਦਿੱਤੀ ਕੀਤੀ ਹੈ ਨਾ। ਅੱਛਾ ਜੀ, ਉੱਥੇ ਸਾਨੂੰ ਹੁਕਮ ਫਿਰ ਹੋਇਆ ਵੀ ਤੁਸੀਂ ਬਹਿਬਲ ਚਲੋ, ਅਸੀਂ ਇੱਥੇ ਆ ਗਏ ਜ਼ਿਲ੍ਹਾ ਹੁਸ਼ਿਆਰਪੁਰ ਜਾਓ। ਅਤੇ ਉਦੋਂ ਦੇ ਇੱਥੇ ਜੰਗਲ ਸੀ ਜਦੋਂ ਅਸੀਂ ਆਏ, ਅੱਜ ਦਾ ਕਮਾਦ ਖੁੱਟੇ ਇੱਦਾਂ ਸੀ, ਕੋਈ ਪਿੰਡ ਘਰ ਮਿਲਦੇ ਹੀ ਪੈ ਰਹੀਆਂ ਹਨ, ਬਰਾਨੀ ਕਮਾਦ ਖੜ੍ਹੇ ਸਨ, ਬਰਾਨੀ ਉਹ ਵੀ ਗੰਨੇ ਚੂਪ ਨਹੀਂ ਜਾਂਦਾ, ਇੱਧਰ ਸਾਡੇ ਮਗਰ ਚੜ ਜਾਂਦੇ ਹਨ। ਅੱਛਾ, ਜਦੋਂ ਇੱਥੇ ਆਏ ਬੜਾ ਹਾਲ ਵੇਖਿਆ। ਅੱਛਾ, ਆਹ ਗੰਨੇ ਭੰਨੇ ਅਤੇ ਉਹ ਨਾ ਨਾ ਭੰਨੋ, ਅਸੀਂ ਬੱਚੇ ਹਨ। ਅੱਛਾ, ਪਾਣੀ ਦਾ ਇੰਤਜ਼ਾਮ ਕਿਸ ਤਰ੍ਹਾਂ ਦੇ ਇੱਥੇ? ਖੂਹ ਪਾਣੀ ਡੂੰਘਾ ਸੀ ਹੈਗਾ ਸੀ ਸਾਡੇ ਪਹਿਲ ਜੀ ਹੁਣ ਵੀ ਤੇ। ਅੱਛਾ, ਖੂਹੇ ਸੀ, ਬਾਕੀ ਖੇਤਾਂ ਨੂੰ ਪੈਲੀ ਨੂੰ ਬਰਾਨੀ ਸਾਰੀ ਸੀ, ਇਹ ਆਹੀ ਗਾ ਕੇ ਮੋਟਰਾਂ ਮਾਰਨ ਆਈਆਂ ਨੇ। ਅੱਛਾ, ਫਿਰ ਬਰਾਨੀ ਖੇਤੀ ਹੁੰਦੀ ਰਹੀ ਕਈ ਸਾਲ? ਆਪਾਂ ਕਾਫੀ ਚਿਰ ਰਹੇ ਹਾਂ। ਠੀਕ ਹੈ, ਸੂਰ ਭਜਾਉਂਦੇ ਹਾਂ ਰਾਤ ਨੂੰ,
ਪਹਾੜੀ ਏਰੀਆ ਸੂਰ ਪੈਂਦੇ ਸਨ, ਗਿੱਦੜ ਹੀ ਪੈਂਦੇ ਸਨ ਸਭ ਕੁਝ ਹੀ ਇੱਥੇ। ਅੱਛਾ, ਹੁਣ ਤੇ ਗਿੱਦੜ ਹੈ ਹੀ ਨਹੀਂ, ਉਹਦੇ ਗਿੱਦੜ ਬੜੇ ਸਨ, ਬੜਾ ਭੈੜਾ ਹਾਲ। ਗੁਜ਼ਾਰਾ ਹੋ ਜਾਂਦਾ ਸੀ ਪੈੜੀ 'ਚ, ਮੈਂ ਸਭ ਤੋਂ ਅੱਗੇ ਪੈਲੀ ਵਾਲੋਂ ਵੀ, ਖੇਤੀ ਕਰਨ ਵਾਲੋਂ ਵੀ, ਪਿੰਡ ਦੇ ਵੱਡੇ ਜ਼ਿਮੀਂਦਾਰ, ਮੇਰਾ ਸਾਡੇ ਪਿਓ ਦਾ ਕਿਸੇ ਦਾ ਕੰਮ ਹੀ ਨਹੀਂ। ਅੱਛਾ, ਉਹਨਾਂ ਦੋ ਕਿੱਲਾ ਕੁ ਸਾਂਭ ਵਾਲ ਕੇ ਵਿੱਚੇ ਹੀ ਸਾਈਆਂ ਦੇ ਡੰਗਰ ਆਪਣੇ ਵਿੱਚੇ ਹੀ, ਖੂਹ ਵਿੱਚੇ ਹੀ, ਮਿਲਣਾ ਵਿੱਚੇ ਹੀ, ਮੈਨੂੰ ਨਕਸ਼ਾ ਦਾ ਪਤਾ ਨਾ। ਹੋਰ ਕਿਹੜੇ ਕਿਹੜੇ ਸਰਦਾਰ ਵੱਡੇ ਜਿਹੜੇ ਇਸ ਪਿੰਡ ਬਹਿਵਲ ਛੰਨੀ ਆਏ ਨੇ, ਦੱਸੋ ਨਾਂ ਜਿਹੜਾ। ਹੋਰ ਪਿੰਡ ਦੇ ਜ਼ਿਆਦਾ ਨੇ, ਹਾਂ ਇੱਕ ਸਰਦਾਰ ਸਿੰਘ ਜੀ, ਅਮਰ ਸਿੰਘ ਸੀ। ਅੱਛਾ ਜੀ, ਬਚਨ ਸਿੰਘ, ਬਚਨ ਸਿੰਘ, ਹੋਰ ਕੇਰ ਸਿੰਘ, ਸ਼ੇਰ ਕੇ ਦੋ ਭਰਾ ਨੇ, ਬੂਟਾ ਸਿੰਘ ਦੇ ਦੋ ਭਰਾ ਹਨ। ਤੁਹਾਡੇ ਪਰਿਵਾਰ ਤੋਂ ਇਲਾਵਾ ਹੋਰ ਵੱਡਾ ਜਿੰਦਰ ਕਿਹੜਾ ਸੀ ਜਿਹਦੀ ਜ਼ਿਆਦਾ ਜ਼ਮੀਨ ਸੀ? ਇਹ ਮੈਂ ਨਹੀਂ ਜਾਣ ਸਕਦਾ, ਇਹ ਆਹ ਬਦ ਕੇ ਚੰਗੇ ਹਨ, ਇਹਨਾਂ ਦੀ ਵਾਹੀ ਚੰਗੀ ਸੀ, ਉਹਨੇ ਉੱਥੇ ਆ ਬੱਸੀ ਉੱਚੀ ਬੱਸੀ, ਇਹਨਾਂ ਕੰਮ ਉੱਥੇ ਚੰਗਾ ਸੀ। ਇੱਥੇ ਜ਼ਮੀਨ ਅਲਾਟ ਹੀ ਨਹੀਂ ਹੋਈ ਆ ਕੇ, ਉਹਨਾਂ ਨੂੰ ਫਿਰ ਉੱਥੇ ਪਈ ਸੀ ਨਾ, ਕੋਈ ਪਤਾ ਕੀ ਗੱਲ, ਉੱਥੇ ਉਹਨਾਂ ਦੀ ਲਾਟ ਉੱਥੇ ਰਹੀ ਹੈ। ਕਿੱਥੇ? ਉੱਚੀ ਬੱਸੀ, ਉੱਥੇ ਬਹੁਤ ਘੱਟ ਹੋਈ ਹੈ। ਹਾਂ, ਇਹ ਤਾਂ ਆਈ ਨਹੀਂ, ਉਹ ਆਈ ਨਹੀਂ ਜ਼ਮੀਨ ਇੱਧਰ ਉਹਨਾਂ ਦੀ ਆਈ ਨਹੀਂ। ਸਾਡਾ ਇਹ ਸਾਗ ਬਹੁਤ ਨੁਕਸਾਨ ਹੋਇਆ ਪਾਈ ਵੱਲੋਂ, ਹਾਂ ਅੱਧੋ ਅੱਧ ਘੱਟ ਗਏ, ਬਹੁਤ ਨੁਕਸਾਨ ਹੋਇਆ, ਮਾਲੀ ਨੁਕਸਾਨ ਹੋਇਆ ਜੱਟ ਜ਼ਿਮੀਂਦਾਰਾਂ ਦਾ। ਹਾਂ, 1947 ਜਿਹੜਾ ਆ ਉਹ ਬੜਾ, ਉਹ ਸਾਡੇ ਵਾਸਤੇ ਹੀ ਆਹ ਧੱਕੇ ਖਾਧੇ ਨੇ। ਹਾਂਜੀ, ਕਈ ਤਾਂ ਕਈ ਪਿੰਡਾਂ 'ਚ ਜਾ ਕੇ ਕਈ ਵਾਰੀ ਉੱਜੜੇ ਅਤੇ ਕਈ ਵਾਰੀ ਵੱਸੇ। ਉਹ ਸਾਡੇ ਕਿਸੇ ਮਾੜੀ ਸਾਡਾ ਬਜ਼ੁਰਗ ਕਦੋਂ ਹੋ ਗਿਆ, ਸੰਭਾਲਣ ਕੋਈ ਆਇਆ ਨਹੀਂ, ਅਤੇ ਮਾਲਾ ਜਾਂਚ ਕੱਖ ਨਹੀਂ। ਅੱਛਾ, ਤੁਹਾਨੂੰ ਫਿਰ ਮਾਤਾ ਨੇ ਸੰਭਾਲਿਆ, ਅਤੇ ਤੁਹਾਡੇ ਭਰਾ ਕਿੱਡੇ ਕੁ ਸਨ? ਉਦੋਂ ਭਰਾ ਭਰਾ ਕਿੰਨੇ ਕੁ ਵਰਿਆਂ ਸਨ? ਦਸਵੀਂ ਪੜ੍ਹਦੇ ਸਨ, ਨਵੀਂ ਦਸਵੀਂ ਆ ਗਿਆ। ਅੱਛਾ ਜੀ, ਭਰਾ ਨਵੀਂ ਦਸਵੀਂ, ਇੱਧਰ ਤੁਹਾਨੂੰ ਫਿਰ ਸਕੂਲੇ ਪਾਇਆ ਇਹਨਾਂ ਨੇ ਆ ਕੇ? ਨਹੀਂ ਪਾਇਆ, ਨਹੀਂ ਮੈਂ ਨਹੀਂ, ਮੈਨੂੰ ਇਸੇ ਆ ਕੇ ਨਹੀਂ ਪਾਇਆ, ਮੈਂ ਗਿਆ ਨਹੀਂ ਸਕੂਲੇ। ਉਹ ਉੱਥੇ ਹੀ ਪੜ੍ਹ ਆਏ ਸਨ? ਦੱਸ, ਆਹੋ ਪੜ੍ਹੇ। ਕਿੱਥੇ ਪੜ੍ਹਨ ਜਾਂਦੇ ਸਨ ਉਹ? ਸਿਆਲਕੋਟ, ਸਿਆਲਕੋਟ ਪਹਿਲਾਂ ਆਪਣੇ ਪਿੰਡ ਪੜ੍ਹਦੇ ਹੋਣਗੇ। ਅੱਛਾ, ਫਿਰ ਸਿਆਲਕੋਟ ਆਏ ਨੇ, ਸਰੰਗੀਆਂ ਪਿੰਡ ਸੀ ਉੱਥੇ ਵੀ ਪੜ੍ਹੇ ਆਉਣੇ। ਠੀਕ, ਅੱਛਾ ਜੇ ਤੁਹਾਨੂੰ ਅਸੀਂ ਪਿੰਡ ਲੈ ਜਾਈਏ, ਚਲੋ ਸਬੱਬ ਬਣ ਜਾਏ, ਤੁਹਾਨੂੰ ਮੌਕਾ ਮਿਲੇ, ਵਾਹਿਗੁਰੂ ਕਰੇ, ਤੁਸੀਂ ਜਧਾਲੇ ਪਿੰਡ ਪਹੁੰਚੋ, ਤੁਸੀਂ ਘਰ ਪਛਾਣ ਲਓਗੇ ਆਪਣਾ? ਘਰ ਨਹੀਂ, ਉਹ ਲੋਕ ਛੱਡ ਲਏ ਹੋਣੇ, ਜਿਸ ਤਰ੍ਹਾਂ ਵੋਟ ਪੈ ਗਏ। ਨਹੀਂ, ਇਹ ਤਾਂ ਪਛਾਣ ਲਾਂਗੇ ਵੀ ਕਿੱਥੇ ਕੋਈ ਘਰ ਸਾਡਾ, ਜਗ੍ਹਾ ਤਾਂ ਪਛਾਣ ਲਓਗੇ ਨਾ? ਜਗ੍ਹਾ ਪਛਾਣ ਲਾਂਗਾ, ਉਹ ਖੂਹ ਦੇ ਖੂਹੀ ਸੀ ਸਾਡੇ, ਉਹ ਖੂਹੀ ਖੂਹੀ ਲੱਗਿਆ ਪਿੰਡ 'ਚ, ਉਹ ਹੱਟੀ ਤਾਂ ਦੱਸਦਾ ਇੱਕ ਪੱਕੀ ਸਾਡੀ ਬੜੀ ਸ਼ਾਨਦਾਰ ਬਣੀ, ਪ੍ਰਚਾਰ ਕਰ ਰਹੀ ਹੈ, ਉਹਦੇ ਤੋਂ ਚੜ੍ਹਦੇ ਫਲ ਸਾਡਾ ਘਰ। ਠੀਕ ਹੈ, ਉਹ ਜਾਂਦੇ ਵੀ ਕਹੋ ਇਹ ਉਹ ਪੱਕੀ। ਅੱਛਾ ਅੱਛਾ, ਕੋਈ ਮੁਸਲਮਾਨ ਨਾ ਚੇਤੇ ਨੇ ਹੋਰ ਕੋਈ ਉੱਥੇ? ਉਹ ਇੱਕ ਚੌਂਕੀ ਦਾਸ ਸੀ ਸਾਡੇ, ਉਹਨੇ ਸਾਡੀ ਮੋਮ ਲੱਗੇ ਬੜੀ ਮਦਦ ਕੀਤੀ ਸੀ ਯਾਰ। ਹਾਂ, ਕੀ ਨਾਂ ਸੀ ਉਹਦਾ? ਜਿੱਧਰ ਗਿਆ ਜਾਂਦੇ ਹਨ ਦੋਏ ਭਰਾ ਸਾਡੇ ਨਾਲ ਜਾਂਦਾ ਸੀ। ਕੀ ਨਾਂ ਸੀ ਉਹਦਾ? ਨਾਂ ਦਾ ਨਹੀਂ ਪਤਾ, ਚੌਂਕੀ ਦਾਸ। ਅੱਛਾ ਅੱਛਾ, ਸਾਡੇ ਸਾਡੇ ਨਾਲ ਨਿਕਲ ਨਿਕਲ ਜਾਣਾ। ਜਿਹੜਾ ਪਾਣੀ ਪੀਣ ਵਾਲਾ ਸੀ ਉਹ ਝੀਲ ਲਿਆ ਕੇ ਦਿੰਦਾ ਸੀ ਕਿ ਆਪੇ ਲਿਆਂਦੇ? ਹਾਂਜੀ, ਪਾਣੀ ਜਿਹੜਾ ਪੀਣ ਵਾਲਾ ਖੂਹ ਤੋਂ ਝੂਰ ਭਰ ਕੇ ਵਰਤਾਉਂਦਾ ਸੀ ਕਿ ਜੇ ਉਹ ਲੱਜਾਂ ਨਾ ਕਰਦੇ ਹਾਂ? ਅੱਛਾ, ਆਪ ਲੱਜਾਂ ਨਾ, ਪਾਣੀ ਹਨ ਉਹਨਾਂ ਆਪਣੇ ਨਲਕੇ ਲਾਏ ਹਨ, ਆਪੀ ਗੇੜ ਗੇੜ ਨਾਲਾ ਜਿਹੜਾ ਹੁੰਦਾ, ਇੱਕ ਬੰਦਾ ਬੰਦਾ ਗੇੜ ਕੇ ਖਲੋ ਕੇ, ਝੂਰ ਲਾਇਆ ਹੁੰਦਾ ਸੇਪੀ 'ਤੇ, ਝੂਰ ਰੱਖਿਆ ਸਾਰੇ ਲੋਕਾਂ ਨੇ।
ਵਾਢੀ ਕਰਦਾ ਸਾਰਾ ਦਿੰਦੇ ਹਨ, ਉਹ ਵਾਢੀ ਕਰਦਾ ਮਗਰ ਵੀ ਜਾਂਦੇ ਹਨ। ਹੋਰ ਕੋਈ ਬਜ਼ੁਰਗ ਕੋਈ ਯਾਦ ਕੋਈ ਪਿੰਡ ਦੀ ਜਾਂ 1947 ਦੀ? ਤੁਹਾਨੂੰ ਦੱਸ ਦਿੱਤੇ ਆਮ ਇਹ ਗੱਲਾਂ ਮੈਨੂੰ ਯਾਦ ਨੇ। ਅੱਛਾ, ਬਜ਼ੁਰਗ ਤਾਂ ਜਿਹੜੇ ਸਨ ਉੱਥੋਂ ਉੱਜੜ ਕੇ ਆਏ, ਉਹ ਗੱਲ ਕਰਦੇ ਸਨ ਉਹ ਵੇਲਾ ਚੰਗਾ ਸੀ ਕਿ ਹੁਣ ਵੇਲਾ ਚੰਗਾ? ਉਹ ਇੱਧਰ ਆ ਕੇ ਚੰਗਾ ਮਹਿਸੂਸ ਕਰਦਾ। ਅੱਛਾ, ਸਾਡੇ ਪਿਤਾ ਵਾਸਤੇ ਤਾਂ ਉੱਥੇ ਚੰਗਾ ਸੀ ਨਾ, ਉਹ ਤੁਹਾਨੂੰ ਦੱਸਿਆ ਸਾਡੇ ਪਿੰਡ, ਸਾਡੇ ਪਿੰਡ 'ਚ ਸਾਡਾ ਘਰ ਚੰਗਾ ਸੀ, ਕਿਲ੍ਹਾ ਸਾਂਪ ਖੂਹ ਦੇ ਵਾਲਿਆ ਸੀ, ਅਤੇ ਵਿੱਚ ਹੀ ਸਾਈਆਂ ਦੇ ਘਰ ਵੀ ਡੰਗਰ ਲਾਈਆਂ, ਮਾਲ ਵੀ ਉੱਥੇ ਰਹਿੰਦਾ ਸੀ ਸਾਡਾ ਵੀ, ਸਾਡੇ ਡੰਗਰ ਵੀ ਉਹੀ ਪੱਠੇ ਪਾੜਦੇ ਹਨ ਸਾਈ। ਅੱਛਾ, ਪਰਿਵਾਰ ਛੱਡਦੀ ਸੀ ਨਾ ਸਾਡੇ ਪਿਓ ਨੇ, ਉਹ ਇਸ ਤਰ੍ਹਾਂ। ਚੰਗਾ ਜੀ ਬਜ਼ੁਰਗੋ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।